एसएसपी फाजिलका सरदार भुपिंदर सिंह सिद्धू ने छोटे बच्चे दी आईपीएस बनन दी ख्वाहिश की पूरी। फाजिलका दे एसएसपी दा शलाघायोग उपराला, थैलेसीमिया पीड़ित बच्चे दा सुपना किया पूरा। एक दिन लई बनाया एसएसपी फाजिलका। फाजिलका दे एसएसपी ने थैलेसीमिया पीड़ित बच्चे गौरव कंबोज नूं बनाया अपनी थान लई एक दिन लई फाजिलका दा एसएसपी। बच्चे दे उसके परिवार तो सांभी नहीं जा रही खुशी। तुहानू दस दईए कि गौरव कंबोज जो कि थैलेसीमिया पीड़ित है उसका सुपना पूरा करते हुए एसएसपी फाजिलका सरदार भुपिंदर सिंह सिद्धू ने अपनी थान लई एक दिन लई एसएसपी बनाया। इस मौके गौरव कंबोज ने साडे नाल जानकारी की सांझी। तुहानू लग्या गा इस पासे जाणा गा? मैनू थैलेसीमिया दी प्रॉब्लम है, मैनू हर 10 दिन बाद ब्लड लगता है। ब्लड लगन दे नाल मैनू कई बार कमजोरी कई तरह दी नहीं आंदी। एसएसपी साहब भुपिंदर सिंह जी नू पता लग्या कि थैलेसीमिया बच्चे इथे फाजिलका दे 33 तो 34 बच्चे हन जिन्हां नू एसएसपी बनाया जा सके एक दिन लई। ਕੀ ਮਹਿਸੂਸ ਕਰਦੇ ਆ ਤੁਸੀਂ? ਅੱਜ ਤੁਸੀਂ ਏਡੀ ਵੱਡੀ ਚੇਅਰ ਪੂਰਾ ਜ਼ਿਲ੍ਹਾ ਸੰਭਾਲਿਆ ਤਾਂ ਕੀ ਲੱਗਦਾ ਤੁਹਾਨੂੰ? ਇੱਕ ਸ਼੍ਰੀ ਰਾਮ ਸੇਵਾ ਕਿਰਪਾ ਸੰਘ ਕਮੇਟੀ ਵਾਲੇ ਸਾਡੀ ਬਹੁਤ ਹੈਲਪ ਕਰਦੇ ਹਨ ਥੈਲੇਸੀਮਿਆ ਬੱਚਿਆਂ ਲਈ। ਉਹਨਾਂ ਨੇ ਫਾਜ਼ਿਲਕਾ ਦੇ ਵਿਚ ਬਲੱਡ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਜਿਸ ਟਾਈਮ ਬਲੱਡ ਲੱਗਦਾ ਹੈ ਬੱਚੇ ਨੂੰ ਉਸ ਟਾਈਮ ਬੱਚਿਆਂ ਨੂੰ ਬਲੱਡ ਉਸੇ ਤਰ੍ਹਾਂ ਹੀ ਮਿਲਦਾ ਹੈ, ਕੋਈ ਮੁਸ਼ਕਿਲ ਨਹੀਂ ਆਉਂਦੀ। ਤੁਸੀਂ ਕਦੋਂ ਸੋਚਿਆ ਸੀਗਾ, ਮਨ ਦੇ ਵਿਚ ਕਦੋਂ ਆਇਆ ਸੀਗਾ ਤੁਹਾਡਾ ਮਤਲਬ ਕਿ ਇਸ ਅਹੁਦੇ ਤੇ ਬੈਠਣ ਦੀ? ਬਸ ਥੋੜੇ ਦਿਨਾਂ ਤੱਕ ਸੋਚਿਆ ਸੀ, ਮੇਰਾ ਸੁਪਨਾ ਸੀ ਆਈਪੀਐਸ ਬਣਨ ਦਾ। ਤੇ ਅੱਜ ਪੂਰਾ ਹੋ ਗਿਆ? ਹਾਂਜੀ ਅੱਜ ਪੂਰਾ ਹੋ ਗਿਆ ਤੁਹਾਡਾ? ਹਾਂਜੀ ਹੋ ਗਿਆ। ਤੇ ਕਿੱਦਾਂ ਲੱਗ ਰਿਹਾ ਜੀ ਹੁਣ? ਬਹੁਤ ਵਧੀਆ। ਕਿਸ ਤਰ੍ਹਾਂ ਦਾ ਮੂਮੈਂਟ ਹੈ ਜੀ ਅੱਜ ਜਿਹੜਾ ਤੁਸੀਂ ਅੱਜ ਇੱਥੇ? ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਵੀ ਗੌਰਵ ਬਹੁਤ ਹੀ ਬਹਾਦਰ ਬੱਚਾ। ਇਹਨੇ ਅਜਿਹੀ ਜਿਹੜੀ ਥੈਲੇਸੀਮੀਆ ਵਰਗੀ ਬਿਮਾਰੀ ਨਾਲ ਇਹ ਬਹੁਤ ਹੀ ਬਹਾਦਰੀ ਦੇ ਨਾਲ ਲੜ ਰਿਹਾ। ਅਤੇ ਇਹਨਾਂ ਦੇ ਇੰਨਾ ਹੀ ਨਹੀਂ, ਇਹਨਾਂ ਦੇ ਫਾਦਰ ਸਾਹਿਬ ਜਿਹੜੇ ਅਸ਼ੋਕ ਕੁਮਾਰ ਜੀ, ਉਹਨਾਂ ਨੇ ਜਿਹੜੀ ਸੰਸਥਾ ਬਣਾਈ ਹੋਈ ਹੈ ਜਿਸ ਦੇ ਨਾਲ ਥੈਲੇਸੀਮੀਆ ਦੇ ਜਿਵੇਂ ਇਹਨਾਂ ਨੇ ਦੱਸਿਆ ਕਾਫੀ ਬੱਚਿਆਂ ਨੂੰ ਉਹ ਇੱਥੇ ਜਿਹੜੀ ਸਪੋਰਟ ਕਰ ਰਹੇ ਆ ਬਲੱਡ ਦੇ ਵਿੱਚ, ਅਤੇ ਉਹਨਾਂ ਦੀਆਂ ਹੋਰ ਜਿਹੜੀਆਂ ਮੈਡੀਕਲ ਐਮਰਜੈਂਸੀਜ਼ ਉਹਨਾਂ ਨੂੰ ਪੈਂਦੀਆਂ ਉਸ ਦੀ ਜਿਹੜੀ ਬਲੱਡ ਦੀ ਲੋੜ ਪੈਂਦੀ ਹੈ ਉਹਦੇ ਵਿੱਚ ਬਹੁਤ ਸਪੋਰਟ ਕਰ ਰਹੇ ਆ ਇਹ। ਅਤੇ ਇਹਨਾਂ ਦੀ ਮੈਂ ਇਸ ਗੱਲ 'ਤੇ ਮੈਂ ਬਹੁਤ ਇਹਨਾਂ ਦਾ ਧੰਨਵਾਦੀ ਹਾਂ ਅਤੇ ਸ਼ਲਾਘਾ ਕਰਦਾ। ਸੈਕਿੰਡਲੀ ਜਦੋਂ ਮੈਨੂੰ ਸੁਖਵਿੰਦਰ ਜੀ ਮਿਲੇ ਅਤੇ ਉਹਨਾਂ ਨੇ ਦੱਸਿਆ ਵੀ ਇੱਕ ਬੱਚਾ ਹੈ, ਇਸ ਦੀ ਇਹ ਇੱਕ ਇੱਛਾ ਹੈ ਵੀ ਐਸਐਸਪੀ ਬਣਨਾ ਇੱਕ ਦਿਨ ਵਾਸਤੇ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਜੇ ਮੈਂ ਇਹ ਇੰਨਾ ਇਹਨਾਂ ਦੇ ਪੇਰੈਂਟਸ ਅਤੇ ਇਹ ਸਾਰੇ ਜਾਣੇ ਜਿਹੜੇ ਰਲ ਕੇ ਸਮਾਜ ਵਾਸਤੇ ਇੰਨੇ ਕੰਮ ਕਰ ਰਹੇ ਆ, ਅਤੇ ਇਹ ਤਾਂ ਇੱਕ ਬਹੁਤ ਹੀ ਛੋਟਾ ਜਿਹਾ ਕੰਮ ਹੈ ਜੋ ਮੈਂ ਇਹਨਾਂ ਵਾਸਤੇ ਕਰ ਸਕਦਾ। ਅਤੇ ਨਾਲੇ ਜਿਹੜਾ ਇਹਨਾਂ ਨੇ ਹੁਣ ਐਸਐਸਪੀ ਸਾਹਿਬ ਨੇ ਅੱਜ ਵਾਲੇ ਨੇ ਇੱਕ ਇੰਨੀ ਵਧੀਆ ਜੇ ਪੁਲਿਸ ਨੂੰ ਡਾਇਰੈਕਸ਼ਨ ਦਿੱਤੀ ਹੈ ਜਿਹੜੀ ਡਰੱਗਸ ਦੇ, ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਡਰੱਗਸ ਸੰਬੰਧੀ, ਅਤੇ ਮੈਂ ਵੀ ਉਹੀ ਦੁਹਰਾਉਣਾ ਚਾਹੂੰਗਾ ਵੀ ਇਹ ਸਭ ਦੇ ਆਪਣੇ ਮਨ ਦੇ ਵਿੱਚ ਹੈ, ਅਤੇ ਅੱਜ ਦੇ ਐਸਐਸਪੀ ਸਾਹਿਬ ਦੇ ਵੀ ਮਨ ਦੇ ਵਿੱਚ ਹੈ ਵੀ ਆਪਾਂ ਡਰੱਗਸ ਨੂੰ ਖਤਮ ਕਰੀਏ। ਜਿਹੜੇ ਡਰੱਗ ਵੇਚਣ ਵਾਲੇ ਆ ਉਹ ਸਾਵਧਾਨ ਹੋਣ, ਅਤੇ ਜਿਹੜੇ ਡਰੱਗਸ ਦੇ ਵਿੱਚ ਸਮਿਲਿਤ ਹੈ, ਜਿਹੜੇ ਡਰੱਗਸ ਦੇ ਆਦੀ ਹੋ ਚੁੱਕੇ ਆ।